ਸਭ ਤੋਂ ਪਹਿਲਾਂ ਮੈਂ ਮਾਣਯੋਗ ਮੁੱਖ ਮੰਤਰੀ ਦਾ ਤੇ ਮਾਣਯੋਗ ਮੁੱਖ ਸਕੱਤਰੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਬਤੌਰ ਜ਼ਿਲ੍ਹਾ ਮੈਜਿਸਟ੍ਰੇਟ ਜ਼ਿੰਮੇਵਾਰੀ ਦਿੱਤੀ ਹੈ, ਤੇ ਕਿਉਂ ਜੋ ਕਿ ਮੈਂ ਇੱਥੇ ਪਹਿਲਾਂ ਵੀ 2005 'ਚ ਕੰਮ ਕਰ ਚੁੱਕਿਆ ਹੈ ਐਜ ਏ ਡਿਸਟ੍ਰਿਕਟ ਟਰਾਂਸਪੋਰਟ ਆਫਿਸਰ, ਤਾਂ ਥੋੜ੍ਹਾ ਬਹੁਤ ਮੈਨੂੰ ਇਸ ਏਰੀਏ ਬਾਰੇ ਕਾਫ਼ੀ ਜਾਣਕਾਰੀ ਹੈਗੀ ਹੈ, ਅਤੇ ਮੇਰੀ ਕੋਸ਼ਿਸ਼ ਰਹੂਗੀ ਕਿ ਜੋ ਸਰਕਾਰ ਦਾ ਮਕਸਦ ਹੈਗਾ ਕਿ ਇੱਥੇ ਜਿਹੜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਹੈ, ਬਾਈ ਇਲੈਕਸ਼ਨ ਹੈ, ਉਹਨੂੰ ਸਹੀ ਢੰਗ ਨਾਲ ਕਰਾਈ ਜਾਵੇ। ਇਲੈਕਸ਼ਨ ਦੇ ਜੋ ਨਿਯਮਸ ਨੇ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ ਸਹੀ ਤਰ੍ਹਾਂ ਇਲੈਕਸ਼ਨ ਹੋਵੇ, ਅਤੇ ਬਾਕੀ ਜੋ ਵੀ ਲੋਕ ਹਿੱਤ ਦੇ ਇੱਥੇ ਕੰਮ ਹੋਣਗੇ ਜਾਂ ਚੱਲ ਰਹੇ ਨੇ ਜਾਂ ਕਰਵਾਏ ਜਾਣਗੇ ਉਹਨਾਂ 'ਤੇ ਮੇਰਾ ਫੋਕਸ ਹੋਏਗਾ, ਅਤੇ ਇਹਦੇ ਨਾਲ ਹੀ ਜਿਹੜੇ ਆਮ ਲੋਕਾਂ ਦੇ ਕੋਈ ਵੀ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੰਮਕਾਰ 'ਚ ਕੋਈ ਕਿਸੇ ਵੀ ਦਫ਼ਤਰਾਂ 'ਚ ਕੋਈ ਪਰੇਸ਼ਾਨੀ ਆਉਂਦੀ ਹੈ, ਤਾਂ ਮੇਰੀ ਉਹਦੇ ਵਿੱਚ ਕੋਸ਼ਿਸ਼ ਰਹੇਗੀ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਮੈਕਸੀਮਮ ਰਿਲੀਫ ਦਿੱਤਾ ਜਾਵੇ। ਮੇਰਾ 2015 ਬੈਚ ਹੈ IAS ਦੇ ਵਿੱਚ, ਪਹਿਲਾਂ ਮੈਂ 2000 ਮੇਰਾ PCR ਦਾ ਬੈਚ ਸੀ, ਮੈਂ 2020 'ਚ ਪ੍ਰਮੋਟ ਹੋ ਕੇ IAS 'ਚ ਮੇਰੀ ਐਲੀਵੇਸ਼ਨ ਹੋਈ, ਅਤੇ ਇਸ ਤੋਂ ਪਹਿਲਾਂ ਮੈਂ ਡਾਇਰੈਕਟਰ ਲੋਕਲ ਬੋਡੀ ਦਾ ਚਾਰ ਸੀ, ਅਤੇ ਉਸ ਤੋਂ ਪਹਿਲਾਂ ਮੈਂ ਇੰਡਸਟਰੀ ਡਿਪਾਰਟਮੈਂਟ 'ਚ ਇਨਵੈਸਟਮੈਂਟ ਪੰਜਾਬ ਸੀਗਾ, ਅਤੇ 4 ਸਾਲ ਮੈਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ 'ਚ ਵੀ ਡੈਪੂਟੇਸ਼ਨ 'ਤੇ ਲਗਾਏ ਨੇ, ਅਤੇ ਇਸ ਤੋਂ ਪਹਿਲਾਂ ਮੈਂ ਬਹੁਤ ਦੇਰ ਪਹਿਲਾਂ ਬਠਿੰਡਾ ਦੇ ਵਿੱਚ ਵੀ ਕਮਿਸ਼ਨਰ ਅਤੇ CABD ਰਹਿ ਚੁੱਕਿਆ, ADC ਮੁਕਤਸਰ ਵੀ ਰਿਹਾ ਮੈਂ, ਕਮਿਸ਼ਨਰ ਮੋਹਾਲੀ ਵੀ ਅਤੇ ADC ਰੋਪੜ ਵੀ ਰਹਿ ਚੁੱਕਿਆ ਹੈ, ਅਤੇ ਮੈਂ ਇਹਦੀ ਕੋਸ਼ਿਸ਼ ਰਹੇਗੀ ਜਿਹੜੀ ਸਾਡੀ ਇੱਥੇ ਅਫਸਰ ਸਾਹਿਬਾਨ ਦੀ ਟੀਮ ਹੈ, ਸਾਰੇ ADC ਰੈਵਨਿਊ ਦੇ ਅਫਸਰ ਨੇ, SDM ਨੇ, ਸਾਰੇ ਨਾਲ ਇੱਕ ਐਜ ਏ ਟੀਮ ਵਰਕ ਕੰਮ ਕਰੀਏ, ਅਤੇ ਪੁਲਿਸ ਪ੍ਰਸ਼ਾਸਨ ਨਾਲ, ਸਾਰੇ ਪੁਲਿਸ ਅਫਸਰ ਨਾਲ ਵੀ, ਤਾਂ ਕਿ ਇੱਥੇ ਲਾਅ ਐਂਡ ਆਰਡਰ ਦੀ ਵੀ ਸਾਰੀ ਜੇ ਕੋਈ ਦਿੱਕਤਾਂ ਨੇ ਉਹਨੂੰ ਵੀ ਹੱਲ ਕੀਤਾ ਜਾਵੇਗਾ, ਅਤੇ ਸਾਰੇ ਆਫੀਸਰਸ ਨਾਲ ਇੱਕ ਟੀਮ ਵਰਕ ਕਰਦੇ ਹੋਏ ਵਧੀਆ ਕੋਸ਼ਿਸ਼ ਕੀਤੀ ਜਾਵੇਗੀ, ਵਧੀਆ ਪ੍ਰਸ਼ਾਸਨ ਲੋਕਾਂ ਨੂੰ ਦਿੱਤਾ ਜਾਵੇ। ਬੇਨਤੀ ਹੈ, ਦੇਖੋ ਇਹ ਬੜਾ ਪ੍ਰੀਮੈਚਿਓਰ ਹੈ ਮੇਰੇ ਲਈ ਇਹ ਸਵਾਲ ਦਾ ਜਵਾਬ ਦੇਣਾ, ਮੈਂ ਕਹਿ ਚੁੱਕਿਆ ਕਿ ਜੋ ਵੀ ਇਸ਼ੂਸ ਹੋਣਗੇ ਉਹਨੂੰ ਪਹਿਲ ਦੇ ਆਧਾਰ 'ਤੇ ਉਹਨੂੰ ਸਮਝਣਾ ਪਹਿਲਾਂ ਜ਼ਰੂਰੀ ਹੁੰਦਾ, ਇਸ਼ੂਸ ਕੀ ਨੇ, ਬਿਨਾਂ ਸਮਝੇ ਉਸ 'ਤੇ ਕੋਈ ਵੀ ਕਮੈਂਟ ਕਰਨਾ ਠੀਕ ਨਹੀਂ ਹੁੰਦਾ, ਇਹ ਇੱਕ ਬੜਾ ਸੈਂਸਿਟਿਵ ਮੈਟਰ ਹੈ ਜੋ ਤੁਸੀਂ ਰੇਜ਼ ਕਰ ਰਹੇ ਹੋ, ਮੈਂ ਇਸ ਬਾਰੇ ਇਸ ਵਕਤ ਕੁਛ ਵੀ ਕਹਿਣਾ ਮੁਨਾਸਿਬ ਨਹੀਂ ਸਮਝਦਾ, ਬਟ ਜਿਵੇਂ ਹੀ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਹੋਵੇਗੀ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗਾ, ਪੁਲਿਸ ਆਫੀਸਰਸ ਨਾਲ ਮੀਟਿੰਗ ਕਰਕੇ ਵੀ ਇਹਦੇ 'ਚ ਕੀ ਇਸ਼ੂਜ਼ ਨੇ, ਕਿਵੇਂ ਇਹਨੂੰ ਹੈਂਡਲ ਕੀਤਾ ਜਾ ਸਕਦਾ, ਅਤੇ ਸਾਡੀ ਪੂਰਜ਼ੋਰ ਕੋਸ਼ਿਸ਼ ਰਹੇਗੀ ਕਿ ਜੋ ਵੀ ਸਮੱਸਿਆ ਨੇ